ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ 6 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਅਰਸ਼ਿੰਦਰ ਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 22 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀ ਸਾਡਾ ਅੱਜ ਦਾ ਪਾਠ ਹੈ ਸਿੱਖ ਮਾਰਸ਼ਲ ਆਰਟ ਗੱਤਕਾ ਹਰ ਪਾਠ ਨੂੰ ਪੜਨ ਲੱਗਿਆਂ ਉਸ ਤੋਂ ਪਹਿਲਾਂ ਅਸੀਂ ਨਮੇ ਸ਼ਬਦ ਜਿਹੜੇ ਹੁੰਦੇ ਹਨ ਕੁਝ ਮੁਸ਼ਕਿਲ ਸ਼ਬਦ ਹੁੰਦੇ ਹਨ ਉਹਨਾਂ ਦੇ ਅਸੀਂ ਮਤਲਬ ਸਿੱਖਦੇ ਹਾਂ ਸਾਡਾ ਪਹਿਲਾ ਸ਼ਬਦ ਹੈ ਕਲਾ ਹੁਨਰ ਆਰਟ ਕraft ਔਰ ਟੈਲੈਂਟ ਸਰੀਰਕ ਰਿਲੇਟਡ ਟੂ ਸਰੀ ਰਾਈਟ ਫਿਜ਼ੀਕਲ ਵਿਦਿਆਰਥੀ ਸਟੂਡੈਂਟ ਕਿਰਦਾਰ ਕੈਰੈਕਟਰ ਪ੍ਰਚਲਿਤ ਪੋਪੂਲਰ ਕਮਾਲ ਦੀ ਅਮੇਜ਼ਿੰਗ आत्मिक स्पिरिचुअल रिलेटेड टू आत्मा स्पिरिट है ना सोल संत सपाही सेंट सोलजियर शांत पीसफुल रीत ट्रेडिशन दोबारा अगेन और वंस मोर एक गल दोबारा दसो टेल मी प्लीज वंस अगेन है ना सो खतरा डेंजर रू इज मुकाबला फेस ऑफ और कंपटीशन शस्त्र वेपन्स निडर या बेडर फियरलैस जो बेअसी अगे ला दें मतलब हो जाता नहीं जरा डर है ना बिना डर तो निडर अपने आप सेल्फ सिक्ख्या पूरी होंगी है एजुकेशन इज कंप्लीट अकाल सैना इमोर्टल आर्मी रचना की क्रिएटड खाली हाथा विद बेयर हैंड्स without any weapons or anything in it right hond vich le anda brought back in existence so inna shabdan de arth tusi ikiyan do vari hor padh liya karo ta jo paath tano samajhna saukha ho jaye kay vithode mushkil shabd hunde hai jehde tusi aam nahi sunde bharat da sab to purana martial art jan jangi jan 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 hunar gatka hai gatke da shabd di matlab soti hai ਇਹ ਕਲਾ ਕਮਾਲ ਦੀ ਹੈ ਇਸ ਨੂੰ ਸਿੱਖਣ ਦੇ ਬਹੁਤ ਫਾਇਦੇ ਹਨ ਗਤਕਾ ਸਰੀਰ ਸਿੱਖਣ ਨਾਲ ਸਰੀਰਕ ਮਾਨਸਿਕ ਅਤੇ ਆਤਮਿਕ ਤਾਕਤ ਵਧਦੀ ਹੈ ਸਰੀਰਕ ਫਿਜ਼ੀਕਲ ਮਾਨਸਿਕ ਮੈਂਟਲ ਐਂਡ ਸਪਿਰਚੁਅਲ ਇਸ ਆਤਮਿਕ ਇਸ ਸਪਿਰਚੁਅਲ ਇਹ ਹੁਨਰ ਸਿੱਖਣ ਵਾਲਾ ਸੰਤ ਸਪਾਹੀ ਬਣਦਾ ਹੈ ਸੰਤ ਸਪਾਹੀ ਦਾ ਕਿਰਦਾਰ ਤੁਸੀਂ ਸੰਤ ਸਪਾਹੀ ਬਹੁਤ ਸੁਣਾ ਹੈ ਗਾਜਦੋਸੀ ਗੁਰਦੁਆਰੇ ਜਾਣਦੇ ਆ ਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੋਈ ਪ੍ਰੋਗਰਾਮ ਜਿਸ ਤਰ੍ਹਾਂ ਗੁਰਪੁਰਬ ਹੋਏ ਹੁੰਦੇ ਆ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਕੋਈ ਹੁੰਦੇ ਨੇ ਜਾਂ ਵੈਸੇ ਅਸੀਂ ਗੱਲ ਕਰਦੇ ਆ ਕਿ ਗੁਰੂ ਸਾਹਿਬ ਨੇ ਸੰਤ ਸਿਪਾਹੀ ਬਣਾਇਆ ਮੀਨਸ ਸੇਂਟ ਐਂਡ ਸੋਲਜਰ ਦੋ ਕਨਸੈਪਟ ਇਕੱਠੇ ਕੀਤੇ ਜਿਹੜਾ ਅਸੀਂ ਸਪਿਰਚੁਅਲੀ ਵੀ ਅਸੀਂ ਅਵੇਕਨਡ ਹੋਈਏ ਤੇ ਫਿਜ਼ੀਕਲੀ ਅਸੀਂ ਸਟਰੋਂਗ ਹੋਈਏ ਉਸ ਤੇ ਅੰਦਰ ਦੂਸਰੇ ਦੇ ਹਮਲੇ ਤੋਂ ਬਚਣ ਦਾ ਹੁਨਰ ਆ ਜਾਂਦਾ ਹੈ ਇਸ ਕਲਾ ਨਾਲ انسان ਸ਼ਾਂਤ ਅਤੇ ਨਿਡਰ ਹੋ ਜਾਂਦਾ ਹੈ ਜਦ ਗੱਤਕੇ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾਂਦੀ ਹੈ ਤਾਂ ਗੱਤਕੇ ਦਾ ਵਿਦਿਆਰਥੀ ਖਾਲੀ ਹੱਥਾਂ ਨਾਲ ਹੀ ਮੁਕਾਬਲਾ ਕਰਦਾ ਹੈ ਉਸ ਦਾ ਸਰੀਰ ਅਤੇ ਮਨ ਇੰਨਾ ਤਕੜਾ ਬਣ ਜਾਂਦਾ ਹੈ ਕਿ ਉਹ ਕਈ ਸ਼ਸਤਰਾਂ ਦਾ ਮੁਕਾਬਲਾ ਆਪਣੇ ਖਾਲੀ ਹੱਥਾਂ ਨਾਲ ਕਰਨਾ ਸਿੱਖ ਜਾਂਦਾ ਹੈ ਫਿਰ ਇੱਕ ਸੋਟੀ ਦੀ ਵਰਤੋਂ ਦੇ ਨਾਲ ਨਾਲ ਹੋਰ ਸ਼ਸਤਰਾਂ ਦੀ ਵਰਤੋਂ ਵੀ ਸਿਖਾਈ ਜਾਂਦੀ ਹੈ ਗਤਕੇ ਨੂੰ ਗੁਰੂ ਹਰਗੋਬਿੰਦ ਜੀ ਨੇ ਦੁਬਾਰਾ ਹੋਂਦ ਵਿੱਚ ਲਿਆਂਦਾ ਦੁਬਾਰਾ ਹੋਂਦ ਵਿੱਚ ਲਿਆਂਦਾ ਮਤਲਬ ਪਹਿਲਾਂ ਇਹ ਇਟ ਯੂਜ਼ ਟੂ ਬੀ देयर ਥਿਸ ਆਰਟ ਯੂਜ਼ ਟੂ ਬੀ देयर ਪਰ ਉਹ ਫਿਰ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਗੁਰੂ ਜੀ ਨੇ ਉਹਨੂੰ ਰਿਵਾਈਵ ਕੀਤਾ ਦੁਬਾਰਾ ਹੋਂਦ ਵਿੱਚ ਲਿਆਂਦਾ ਬ੍ਰੋਟ ਬੈਕ ਇਨਟੂ ਐਗਜ਼ਿਸਟੈਂਸ ਨਾ ਉਹਨਾਂ ਨੇ ਸਿੱਖਾਂ ਨੂੰ ਗਤਕਾ ਸਿਖਾਉਣਾ ਸ਼ੁਰੂ ਕੀਤਾ ਉਹਨਾਂ ਨੇ ਸਿੱਖਾਂ ਨੂੰ ਸੰਤ ਸਪਾਹੀ ਬਣਾਉਣਾ ਸੀ ਰਾਈਟ ਉਹਨਾਂ ਨੇ ਹੀ ਮੀਰੀ ਪੀਰੀ ਦੀ ਰੀਤ ਚਲਾਈ ਮੀਰੀ ਪੀਰੀ ਯੂ نو ਥੈਟ ਰਾਈਟ ਸੋ ਕਿ ਅਸੀਂ ਮਨ ਦੇ ਤੌਰ ਤੇ ਵੀ ਸਟਰੋਂਗ ਹੋਈਏ ਤੇ ਅਸੀਂ ਸਰੀਰ ਦੇ ਤੌਰ ਤੇ ਵੀ ਸਟਰੋਂਗ ਹੋਈਏ ਮੀਰੀ ਪੀਰੀ ਦਾ ਜਿਹੜਾ ਕਨਸੈਪਟ ਹੈਗਾ ਉਹ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਦੇਖਦੇ ਆ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਇੱਕ ਰਾਇਲਟੀ ਜਿੱਦਾਂ ਜਿਹੜੀ ਸੀ ਵਰਲਡਲੀ ਵਿਜ਼ਡਮ ਦੀ ਤੇ ਦੂਸਰੀ ਸੀ ਕਿ ਜਿਹੜੀ ਸਪਿਰਚੁਅਲ ਵਿਜ਼ਡਮ ਵਾਲੀ ਰਾਈਟ ਸੋ ਉਹਨਾਂ ਨੇ ਹੀ ਸੰਸਪਾਹੀ ਦੀ ਰਚਨਾ ਕੀਤੀ ਉਹਨਾਂ ਨੇ ਅੰਮ੍ਰਿਤਸਰ ਵਿੱਚ ਰਣਜੀਤ ਅਖਾੜਾ ਸਕੂਲ ਨੂੰ ਸ਼ੁਰੂ ਕੀਤਾ ਗੁਰੂ ਜੀ ਸਿੱਖਾਂ ਨੂੰ ਲੜਾਈ ਦਾ ਅਭਿਆਸ ਕਰਾਉਂਦੇ ਲੜਾਈ ਦਾ ਅਭਿਆਸ ਕਰਾਉਂਦੇ ਮਤਲਬ ਉਹਨਾਂ ਨੂੰ ਪ੍ਰੈਕਟਿਸ ਕਰਵਾਉਂਦੇ ਅਭਿਆਸ ਇਸ ਪ੍ਰੈਕਟਿਸ ਲੜਾਈ ਦੀ ਕਿਉਂਕਿ ਗੁਰੂ ਸਹਿ ਚਾਹੁੰਦੇ ਸੀ ਕਿ ਸਿੱਖ ਮੇਰੇ ਜਿਹੜੇ ਹੈਗੇ ਆ ਉਹ ਸਟਰੋਂਗ ਹੋਣ ਤੇ ਉਹ ਕਿਸੇ ਵੀ ਨਾਲ ਕੋਈ ਜੇ ਇਨਜਸਟਿਸ ਕੋਈ ਹੋ ਰਿਹਾ ਹੈ ਤੇ ਉਹਦੇ ਵਿਰੋਧ ਖੜੇ ਹੋਣ ਤੇ ਆਪਣੀ ਰੱਖਿਆ ਵੀ ਆਪ ਕਰਨ ਤੇ ਹੋਰਨਾਂ ਲੋਕਾਂ ਦੀ ਵੀ ਰੱਖਿਆ ਕਰਨ ਇੱਥੇ ਹੀ ਉਹਨਾਂ ਨੇ ਅਕਾਲ ਸੈਨਾ ਬਣਾਈ ਸਿੱਖ ਭਾਵੇਂ ਮੁਗਲਾਂ ਦੇ ਮੁਕਾਬਲੇ ਬਹੁਤ ਘੱਟ ਗਿਣਤੀ ਵਿੱਚ ਸਨ ਪਰ ਉਹ ਗਤਕੇ ਦੀ ਕਲਾ ਕਰਕੇ ਉਹਨਾਂ ਕੋਲੋਂ ਜਿੱਤਦੇ ਰਹੇ ਮਤਲਬ ਉਹਨਾਂ ਨੂੰ ਹਰਾ ਦਿੰਦੇ ਸੀ ਕਿਉਂਕਿ ਜਿਹੜੇ ਸਿੰਘ ਸੂਰਮੇ ਸੇਂਟ ਸੋਲਜਰ ਜਿਹੜੇ ਸੀਗੇ ਗੁਰੂ ਸਾਹਿਬ ਦੇ ਸਿੱਖ ਉਹ ਪੂਰੀ ਬਹਾਦਰੀ ਦੇ ਨਾਲ ਨਿਡਰ ਹੋ ਕੇ ਬੇਡਰ ਹੋ ਕੇ ਲੜਦੇ ਸੀਗੇ ਤੇ ਉਹਨਾਂ ਨੂੰ ਹਰਾ ਦਿੰਦੇ ਸੀ ਵੱਡੀ ਫੌਜ ਦਾ ਮੁਕਾਬਲਾ ਵੀ ਥੋੜੇ ਸਿੱਖ ਬਹੁਤ ਘੱਟ ਗਿਣਤੀ ਦੇ ਵਿੱਚ ਸਿੱਖ ਜਿਹੜੇ ਸੀ ਵੱਡੀਆਂ ਫੌਜਾਂ ਦੇ ਮੁਕਾਬਲੇ ਖੜੇ ਹੋ ਜਾਂਦੇ ਸੀ ਤੇ ਜਿੱਤਦੇ ਸੀ ਉਹਨਾਂ ਦਾ ਸੰਤ ਸਿਪਾਹੀ ਕਿਰਦਾਰ ਉਹਨਾਂ ਨੂੰ ਤਾਕਤ ਦਿੰਦਾ ਅਤੇ ਉਹ ਕਿਸੇ ਵੀ ਖਤਰੇ ਤੋਂ ਨਾ ਡਰਦੇ ਪੰਜਾਬ ਵਿੱਚ ਗੱਤਕਾ ਹੁਣ ਸਿਰਫ ਸਿੱਖ ਹੀ ਕਰਦੇ ਹਨ ਤੁਸੀਂ ਗੱਤਕਾ ਦੇਖਿਆ ਹੋਵੇਗਾ ਗੱਤਕਾ ਖੇਡਦੇ ਜਦੋਂ ਗੁਰਪੁਰਬ ਹੁੰਦੇ ਨੇ ਤੇ ਉਥੇ ਜਾਂ ਵਿਸਾਖੀ ਦੇ ਮੌਕੇ ਤੇ ਜਾਂ ਹੁਲਾ ਮਹੱਲਾ ਦੇ ਮੌਕੇ ਤੇ ਹੁਲਾ ਮਹੱਲਾ ਤੇ ਤਾਂ ਖਾਸ ਤੌਰ ਤੇ ਗੱਤਕਾ ਹੁੰਦਾ ਹੈ ਤੇ ਉਦੋਂ ਤੁਸੀਂ ਜ਼ਰੂਰ ਅ ਦੇਖਿਆ ਹੋਵੇਗਾ ਸਿੱਖ ਬੱਚਿਆਂ ਨੂੰ ਸਿੱਖ ਜਵਾਨਾਂ ਨੂੰ ਤੇ ਕਈ ਵਾਰੀ ਵੱਡੀ ਉਮਰ ਦੇ ਜਿਹੜੇ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਉਹ ਵੀ ਗਤਕਾ ਕਰਦੇ ਨੇ ਖੇਡਦੇ ਨੇ ਸੋ ਤੁਸੀਂ ਜ਼ਰੂਰ ਹੀ ਦੇਖਿਆ ਹੋਵੇਗਾ ਤੁਹਾਡੇ ਵਿੱਚੋਂ ਕੁਝ ਬੱਚੇ ਸ਼ਾਇਦ ਗਤਕਾ ਸਿੱਖਦੇ ਵੀ ਹੋਣਗੇ ਜਾਂ ਕਈਆਂ ਨੇ ਸਿੱਖਿਆ ਹੋਵੇਗਾ ਹੈਨਾ ਸੋ ਅੱਜ ਤੁਸੀਂ ਇਹ ਪਾਠ ਗਤਕੇ ਬਾਰੇ ਸਿੱਖਿਆ ਤੇ ਹੁਣ ਅਸੀਂ ਕਰਦੇ ਕੰਮ ਦੀ ਗੱਲ ਕਰਦੇ ਆਂ ਸੋਮਵਾਰ ਕਰਦਾ ਕੰਮ ਹੇਠ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਇਹ ਐਕਟੀਵਿਟੀ ਅਸੀਂ ਹਰ ਵਾਰ ਕਰਦੇ ਆ ਗਤਕੇ ਦਾ ਸ਼ਬਦੀ ਮਤਲਬ ਕੀ ਹੈ ਮੈਨੂੰ ਲੱਗਦਾ ਹੈ ਕਿ ਸੋਟੀ ਹੈ ਪਰ ਤੁਸੀਂ ਲੈਸਨ ਨੂੰ ਦੁਬਾਰਾ ਪੜਨਾ ਤੇ ਤੁਸੀਂ ਅ ਦੁਬਾਰਾ ਪੜ੍ਹ ਕੇ ਸੁਣ ਕੇ ਫਿਰ ਤੁਸੀਂ ਆਨਸਰ ਸਹੀ ਲੱਭਣਾ ਠੀਕ ਹੈ ਇਸ ਕਲਾ ਨਾਲ ਇਨਸਾਨ ਕੀ ਹੋ ਜਾਂਦਾ ਹੈ ਗਤਕਾ ਸਿੱਖ ਮਾਰਸ਼ਲ ਆਰਟ ਜਾਂ ਹੋਰ ਕੀ ਹੈ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਜੀ ਨੇ ਕੁਝ ਖਾਸ ਕੀਤਾ ਸੀ ਗੱਤਕੇ ਬਾਰੇ ਇਹ ਤੁਸੀਂ ਇਧਰੋਂ ਪੜ੍ਹ ਕੇ ਲਿਖੋਗੇ ਗੱਤਕੇ ਨੂੰ ਸੋ ਹੁਣ ਮੈਂ ਇਹ ਵੀ ਤੁਹਾਡੇ ਲਈ ਪੜ੍ਹ ਦੇਣੀ ਆ పార్ਟ 2 ਅੰਮ੍ਰਿਤਸਰ ਵਿੱਚ ਰਣਜੀਤ ਅਖਾੜਾ ਸਕੂਲ ਸ਼ੁਰੂ ਕੀਤਾ ਕਿਨੇ ਸ਼ੁਰੂ ਕੀਤਾ ਸੀ ਜੰਗੀ ਹੁਨਰ ਹੈ ਕਿ ਜੰਗੀ ਹੁਨਰ ਹੈ ਅਸੀਂ ਕਿਨੂੰ ਜੰਗੀ ਹੁਨਰ ਕਹਿ ਸਕਦੇ ਆ ਗੱਤਕੇ ਨੂੰ ਜਾਂ ਹੋਰ ਕੁਝ ਗੁਰੂ ਹਰਗੋਬਿੰਦ ਜੀ ਨੇ ਦੁਬਾਰਾ ਹੋਂਦ ਵਿੱਚ ਲਿਆਂਦਾ ਕਿ ਦੁਬਾਰਾ existence ਵਿੱਚ ਲੈ ਕੇ ਆਂਦਾ ਜਿਹੜਾ ਕਿ ਪਹਿਲਾਂ ਐਗਜ਼ਿਸਟ ਕਰਦਾ ਸੀ ਫਿਰ ਖਤਮ ਹੋ ਗਿਆ ਸੀ ਗੁਰੂ ਜੀ ਨੇ ਉਸ ਟ੍ਰੈਡੀਸ਼ਨ ਨੂੰ ਰਿਵਾਈਵ ਕੀਤਾ ਸੋਟੀ ਹੈ ਤੇ ਨੰਬਰ ਜਿਹੜਾ ਲਾਸਟ ਵਾਲਾ ਸ਼ਾਂਤ ਅਤੇ ਨਿੰਦਰ ਹੋ ਜਾਂਦਾ ਹੈ ਕੌਣ ਸ਼ਾਂਤ ਅਤੇ ਨਿੰਦਰ ਹੋ ਜਾਂਦਾ ਹੈ ਜਿਹੜਾ ਗੱਤਕਾ ਕਰਦਾ ਹੈ ਜਾਂ ਜਿਹੜਾ ਲੜਾਈ ਕਰਦਾ ਹੈ ਜਾਂ ਕੌਣ ਠੀਕ ਹੈ ਸੋ ਤੁਸੀਂ ਇਧਰੋਂ ਪਾਰਟ ਆਫ ਯਰ ਸੈਂਟੈਂਸ ਇਧਰ ਜੋੜ ਕੇ ਤੇ ਤੁਸੀਂ ਦੇਖਣਾ ਕਿ ਕਿਹੜਾ ਤੁਹਾਡੇ ਲਈ मीनिंगफुल ਹੈ ਜਿਹੜਾ ਸੈਂਟੈਂਸ ਮੰਗਲਵਾਰ ਘਰ ਦਾ ਕੰਮ ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਲਿਖੋ ਗਤਕਾ ਸਿੱਖਣ ਦੇ ਕੀ ਫਾਇਦੇ ਹਨ ਫਾਇਦੇ ਬੈਨੀਫਿਟਸ ਹੈ ਨਾ ਸੋ ਗਤਕਾ ਸਿੱਖ ਕੇ ਤੁਸੀਂ ਕੀ ਲਾਭ ਤੁਹਾਨੂੰ ਮਿਲਦਾ ਦਾ ਗਤਕਾ ਸ਼ਬਦ ਦਾ ਮਤਲਬ ਕੀ ਹੈ ਮਤਲਬ ਮੀਨਿੰਗ ਰਾਈਟ ਗਤਕਾ ਸ਼ਬਦ ਦਾ ਪੰਜਾਬ ਵਿੱਚ ਸਿੱਖਾਂ ਨਾਲ ਗਤਕਾ ਕਿਸ ਨੇ ਸ਼ੁਰੂ ਕੀਤਾ ਸਿੱਖਾਂ ਲਈ ਗਤਕਾ ਕਿਸ ਨੇ ਸ਼ੁਰੂ ਕੀਤਾ ਸੀ ਤੁਸੀਂ ਉਹ ਲਿਖੋਗੇ ਗੁਰੂ ਜੀ ਨੇ ਸਿੱਖਾਂ ਨੂੰ ਗਤਕੇ ਦੀ ਟ੍ਰੇਨਿੰਗ ਕਿਉਂ ਸ਼ੁਰੂ ਕੀਤੀ ਗੁਰੂ ਜੀ ਕੀ ਚਾਹੁੰਦੇ ਸਨ ਉਹਨਾਂ ਦਾ ਕੀ ਮੰਤਵ ਸੀ ਉਹਨਾਂ ਦਾ ਆਬਜੈਕਟਿਵ ਕੀ ਸੀ ਗਤਕੇ ਦੀ ਟ੍ਰੇਨਿੰਗ ਸ਼ੁਰੂ ਕਰਨ ਦਾ ਇਸ ਪਾਠ ਦੇ ਵਿੱਚ ਇੱਕ ਸ਼ਬਦ ਆਇਆ ਹੈ ਭਾਵੇਂ ਉਸ ਸ਼ਬਦ ਵਾਲੇ ਬਾਤ ਨੂੰ ਇੱਥੇ ਲਿਖੋ ਇਹਦੇ ਵਿੱਚ ਤੁਸੀਂ ਲਭੋਗੇ ਪੂਰਾ ਪਾਠ ਪੜ੍ਹ ਕੇ ਤੇ ਉਸ ਬਾਤ ਨੂੰ ਇੱਥੇ ਲਿਖੋਗੇ ਜੇ ਤੁਸੀਂ ਪਾਠ ਚੰਗੀ ਤਰ੍ਹਾਂ ਪੜ੍ਹੋਗੇ ਤੁਹਾਨੂੰ ਆਸਾਨੀ ਹੋਏਗੀ ਉਹ ਸ਼ਬਦ ਲੱਭਣ ਲਈ ਬੁੱਧਵਾਰ ਕਰਦਾ ਕੰਮ ਸੋਰਟ ਥੀਸ ਵੋਕੈਬਲਰੀ ਵਰਡਸ ਇਨ ਦਾ ਫੋਲੋਇੰਗ ਕੈਟਾਗਰੀਜ਼ ਭਾਰਤ ਦਾ ਸਭ ਤੋਂ ਪੁਰਾਣਾ ਮਾਰਸ਼ਲ ਆਰਟ ਜਾਂ ਜੰਗੀ ਹੁਨਰ ਗੱਤਕਾ ਹੈ ਗੱਤਕੇ ਦਾ ਸ਼ਬਦੀ ਮਤਲਬ ਸੋਟੀ ਹੈ ਇੱਕ ਕਲਾ ਕਮਾਲ ਦੀ ਹੈ ਇਸ ਨੂੰ ਸਿੱਖਣ ਦੇ ਬਹੁਤ ਫਾਇਦੇ ਹਨ ਗੱਤਕਾ ਸਿੱਖਣ ਨਾਲ ਸਰੀਰਕ ਮਾਨਸਿਕ ਅਤੇ ਆਤਮਿਕ ਤਾਕਤ ਵਧਦੀ ਹੈ ਇਹ ਹੁਨਰ ਸਿੱਖਣ ਵਾਲਾ ਸੰਤ ਸਿਪਾਹੀ ਬਣਦਾ ਹੈ ਉਸ ਦੇ ਅੰਦਰ ਦੂਸਰੇ ਦੇ ਹਮਲੇ ਤੋਂ ਬਚੜਦਾ ਹੁਨਰ ਆ ਜਾਂਦਾ ਹੈ ਹੁਨਰ ਕੀ ਹੈ ਟੈਲੈਂਟ ਆ ਜਾਂਦਾ ਹੈ ਹੈਨਾ ਟੈਕਨੀਕ ਆ ਜਾਂਦੀ ਟੈਲੈਂਟ ਆ ਜਾਂਦਾ ਹੈ ਇਸ ਕਲਾ ਨਾਲ ਇਨਸਾਨ ਸ਼ਾਂਤ ਅਤੇ ਨੀਡਰ ਹੋ ਜਾਂਦਾ ਹੈ ਸ਼ਾਂਤ ਹੀ ਔਰ ਸ਼ੀ ਇਸ ਐਟ ਪੀਸ ਤੇ ਨੀਡਰ ਹੋ ਜਾਂਦਾ ਹੈ ਫੀਅਰਲੈਸ ਹੋ ਜਾਂਦਾ ਹੈ ਹੈਨਾ ਸੋ ਹੁਣ ਤੁਸੀਂ ਇੱਥੇ ਇਹ ਤੁਹਾਡੀ ਇੱਕ ਐਕਟੀਵਿਟੀ ਆ ਤੁਸੀਂ ਬਹੁਤ ਧਿਆਨ ਨਾਲ ਦੇਖੋਗੇ ਇਸ ਪੈਰੇ ਨੂੰ ਪੜੋਗੇ ਵਰਡਸ ਵਿਦ 3 অর ਮੋਰ ਮਾਤਰਾਸ ਮਾਤਰਾ ਯੂ نو दैट राइट ਕੰਨਾ ਸਿਹਾਰੀ ਬਿਆਰੀ ਯੂ نو نو दैट ਵਰਡਸ ਵਿਦ ਓਨਲੀ 2 ਮਾਤਰਾਸ ਜਿਹਦੇ ਦੋ ਮਾਤਰਾ ਲੱਗਿਆ ਹੁਣ ਉਹ ਵਰਡ ਇੱਥੇ ਲਿਖਣਾ ਵਰਡਸ ਵਿਦ 1 ਮਾਤਰਾ ਐਂਡ ਵਰਡਸ ਵਿਦ ਐਡਾ ਇਨ ਥੇਂ ਰਾਈਟ ਸੋ ਜਿਹਦੇ ਵਿੱਚ ਐਡਾ ਆਇਆ ਹੋਵੇ ਉਹ ਵਰਡ ਤੁਸੀਂ ਇੱਥੇ ਲਿਖੋਗੇ ਉਹਦੇ ਨਾਲ ਹੋਰ ਮਾਤਰਾ ਵਾਲੇ ਮਾਤਰਾ ਵੀ ਹੋ ਸਕਦੀਆਂ ਪਰ ਜਿਹਦੇ ਵਿੱਚ ਐਡਾ ਆਇਆ ਤੁਸੀਂ ਇੱਥੇ ਲਿਖੋਗੇ ਵੀਰ ਵਾਰ ਕਰਦਾ ਕੰਮ ਅਗੇਨ ਟਾਈਮਰ ਸੈੱਟ ਕਰੋ ਇਹ ਲੇਖ ਪੜੋ ਕਿੰਨੇ ਮਿੰਟ ਲੱਗੇ ਔਰ ਇਹ ਕਰਨ ਦਾ ਮਤਲਬ ਤੁਹਾਨੂੰ ਪਤਾ ਹੈ ਕਿਉਂ ਆਪਾਂ ਕਰਦੇ ਆ ਕਿਉਂਕਿ ਤੁਸੀਂ ਦੇਖਣਾ ਹੈ ਕਿ ਜਦੋਂ ਤੁਸੀਂ ਆਪਣੀ ਰੀਡਿੰਗ ਸਟਾਰਟ ਕੀਤੀ ਸੀ ਇਸ ਕਲਾਸ ਲੈਵਲ ਦੇ ਸ਼ੁਰੂ ਵਿੱਚ ਤੁਸੀਂ ਉਸ ਤੋਂ ਬੈਟਰ ਕਰ ਸਕਦੇ ਹੋ ਥੋੜੇ ਮਿੰਟਾਂ ਵਿੱਚ ਇਹ ਲੇਖ ਪੜ ਸਕਦੇ ਹੋ ਤੇ ਤੁਸੀਂ ਐਕੂਰੇਟ ਪੜ ਸਕਦੇ ਹੋ ਤੁਹਾਡੀ ਫਲੂਐਂਸੀ ਤੇ ਐਕੂਰੇਸੀ ਜਿਹੜੀ ਆ ਉਹ ਵਧਣੀ ਚਾਹੀਦੀ ਹੈ ਸੋ ਉਹ ਤੁਸੀਂ ਰਿਕਾਰਡ ਕਰਦੇ ਜਾਓਗੇ ਯੂ ਵਿਲ ਫੀਲ ਪ੍ਰਾਊਡ ਆਫ ਯਰਸੈਲਫ ਤੁਹਾਨੂੰ ਆਪਣੇ ਆਪ ਲਈ ਚੰਗਾ ਲੱਗੇਗਾ ਮਾਣ ਹੋਏਗਾ ਕਿ ਮੈਂ ਅੱਗੇ ਤੋਂ ਕਿੰਨਾ ਅੱਛਾ ਪੜ ਸਕਦੀ ਆ ਜਾਂ ਪੜ ਸਕਦਾ ਹਾਂ ਹਨਾ ਸੋ ਤੁਸੀਂ ਇੱਥੇ ਲਿਖਦੇ ਜਾਣਾ ਤੇ ਜ਼ਰੂਰ ਦੇਖਿਆ ਕਰੋ ਪਿਛਲੇ ਪਾਠਾਂ ਵਿੱਚ ਵੀ ਕਿ ਤੁਸੀਂ ਪਹਿਲਾਂ ਨਾਲੋਂ ਬੈਟਰ ਹੋਏ ਹੋ ਵੀਰਵਾਰ ਘਰ ਦਾ ਕੰਮ ਇੱਕ ਹੋਰ ਹੈ ਤੁਹਾਡਾ ਕਾਪੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਇਨ ਦਾ ਟੇਬਲ ਐ ਤੁਹਾਡੇ ਕੋਲ 176 178 179 180 ਤੁਸੀਂ ਇੱਥੇ ਲਿਖਨੇ ਨੇ ਤੇ ਅੱਜ ਦਾ ਲੈਸਨ ਸਾਡਾ ਇੰਨਾ ਹੀ ਸੀ ਹੁਣ ਅਸੀਂ ਇੱਥੇ ਹੀ ਲੈਸਨ ਬੰਦ ਕਰਦੇ ਆਂ ਤੇ ਚਲੋ ਫਤਿਹ ਬੁਲਾਈਏ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ